ਜੇ ਕਦੇ ਨਹੀਂ ਵੀ ਮਿਲਿਆ, ਹਾਲਾਂਕਿ ਮਿਲਿਆ ਹੈ ਪਰ ਥੋੜੇ ਚੋਂ ਥੋੜਾ, ਬਹੁਤੇ ਚੋਂ ਬਹੁਤਾ, ਜੇ ਨਹੀਂ ਵੀ ਕਦੇ ਮਿਲਿਆ ਤੇ ਫਿਰ ਇਹਦੇ 'ਚ ਕਿਹੜਾ ਲੋੜਾ ਆ ਗਿਆ। ਥੰਬਨੇਲ ਲਾਉਣੇ ਉਹ ਨਾ ਲਿਖ ਲਿਖ ਕੇ ਹੋ ਗਿਆ ਜੀ ਪੰਜਾਬੀ ਕੁੜੀਆਂ ਦਾ ਕਾਫਲਾ ਨਾ ਹੈ ਥੱਲੇ। ਉਹ ਜੀ ਮਾਨਸਿਕਤਾ ਵਾਲੇ ਲੋਕੀ ਕਈ ਬੰਦੇ ਉਹੋ ਜਿਹੇ ਭੱਦੇ ਕਮੈਂਟ ਕਰਦੇ ਆ, ਗਾਲਾਂ ਕੱਢਦੇ ਆ, ਕੋਈ ਵੀਡੀਓ ਬਣਾ ਬਣਾ ਕੇ, ਕੋਈ ਕਿਸੇ ਤੇ ਐਡਿਟ ਕਰਕੇ ਫੋਟੋ ਪਾਈ ਜਾਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਸੋਂ ਤੋਂ ਲੈ ਕੇ ਨਾ ਇੱਕ ਵੀਡੀਓ ਜਿਹੜੀ ਬੜੀ ਵਾਇਰਲ ਹੋ ਰਹੀ ਹੈ, ਜ਼ਿਆਦਾਤਰ ਕਿ ਉਹ ਚੈਨਲਾਂ 'ਤੇ ਪਾਈ ਗਈ ਹੈ। ਪਹਿਲੀ ਤਾਂ ਬੇਨਤੀ ਹੈ, ਜਿਵੇਂ ਕਨੇਡਾ ਵਾਲੀ ਵੀਡੀਓ ਤੁਸੀਂ ਸਾਰਿਆਂ ਨੇ ਵੇਖੀ ਹੈ, ਵਾਰ ਵਾਰ ਉਹਦਾ ਨਾਂ ਲੈ ਕੇ ਉਹਨੂੰ ਛਾਲੀਏ ਨਾ। ਅੱਛਾ, ਜਿਹੜੀ ਉਹ ਵੀਡੀਓ ਤੁਸੀਂ ਸਾਰਿਆਂ ਨੇ ਵੇਖੀ ਹੈ, ਅਤੇ ਪਹਿਲੀ ਤਾਂ ਤਾੜਨਾ ਉਹ ਬੀਬੀ ਨੂੰ ਹੈ ਵੀ ਜਿਹਨੇ ਇਹੋ ਜਿਹਾ ਕਰਮ ਕੀਤਾ ਨਾ। ਤੁਹਾਨੂੰ ਕਿੰਨੇ ਵਾਰੀ ਪ੍ਰਸ਼ਾਦਾ ਲੰਗਰ ਗੁਰੂ ਘਰ 'ਚੋਂ ਮਿਲਿਆ ਹੋਣਾ, ਜਦੋਂ ਆਹ ਕਰੋਨਾ ਹੋਇਆ ਤੁਸੀਂ ਵੇਖਿਆ ਹੋਣਾ ਨਾ, ਲੱਖਾਂ ਬੱਚਿਆਂ ਨੇ, ਸਟੂਡੈਂਟਾਂ ਨੇ ਜਿਹੜਾ ਗੁਰੂ ਘਰਾਂ 'ਚੋਂ ਪ੍ਰਸ਼ਾਦਾ ਛਕਿਆ, ਲੱਖਾਂ ਦੇ ਘਰਾਂ ਵਿੱਚ ਜਾ ਕੇ ਗੁਰੂ ਘਰ ਵਾਲੇ ਪ੍ਰਸ਼ਾਦਾ ਦੇ ਕੇ, ਇੱਥੇ ਤਾਂ ਆਕਸੀਜਨ ਦੇ ਲੰਗਰ ਲੱਗੇ, ਖੂਨ ਦਾਨ ਖੂਨ ਦੇ ਲੰਗਰ ਲੱਗੇ, ਦਵਾਈਆਂ ਦੇ ਲੰਗਰ ਲੱਗਦੇ ਆ, ਪ੍ਰਸ਼ਾਦਿਆਂ ਦੇ ਲੰਗਰ ਲੱਗਦੇ ਆ ਨਾ, ਕਿੰਨੇ ਪ੍ਰਕਾਰ ਦਾ ਲੰਗਰ ਲੱਗਦਾ ਹੈ। ਅਤੇ ਕਿੰਨੇ ਵਾਰੀ ਤੁਸੀਂ ਗੁਰੂ ਘਰ 'ਚੋਂ ਛਕਿਆ ਹੋਣਾ, ਜੇ ਇੱਕ ਦਿਨ ਮੰਨ ਲਓ ਤੁਹਾਨੂੰ ਨਹੀਂ ਵੀ ਮਿਲਿਆ, ਹਾਲਾਂਕਿ ਹੋ ਨਹੀਂ ਸਕਦਾ ਮਿਲਿਆ ਹੈ, ਪਰ ਉਹ ਜਿਵੇਂ ਇੱਕ ਕਹਾਵਤ ਹੈ, ਥੋੜ੍ਹੇ ਜੋ ਥੋੜ੍ਹਾ ਬਹੁਤ ਹੀ ਤੋਂ ਬਹੁਤਾ ਨਾ, ਜਿੰਨਾ ਕੁ ਪ੍ਰਬੰਧ ਹੋਵੇ ਉਨਾ ਕੁ ਹੁੰਦਾ ਹੁੰਦਾ। ਅਤੇ ਪਹਿਲੀ ਤਾਂ ਗੱਲ, ਜੇ ਤੈਨੂੰ ਨਹੀਂ ਮਿਲਿਆ ਤਾਂ ਭਾਈ ਤੂੰ ਚੁੱਪ ਕਰਕੇ ਘਰ ਆ ਕੇ ਖਾ ਲਾ, ਕਿਤੇ ਢਾਬੇ ਤੋਂ ਖਾ ਲਾ, ਕਿ ਤੂੰ ਕਿਤੋਂ ਮਰਜ਼ੀ ਖਾ ਲਾ, ਪ੍ਰਸ਼ਾਦਾ ਰੋਟੀ ਪਾਣੀ ਤੈਨੂੰ ਕਿਤੋਂ ਮਰਜ਼ੀ ਮਿਲ ਜਾਣਾ। ਅਤੇ ਦੂਜੀ ਗੱਲ, ਉਹਨਾਂ ਚੈਨਲ ਵਾਲਿਆਂ ਨੂੰ ਹੈ ਜਿਨ੍ਹਾਂ ਦੇ ਮਿਲੀਅਨ ਮਿਲੀਅਨ ਸਬਸਕ੍ਰਾਈਬਰ ਹੈ ਅਤੇ ਬਹੁਤ ਜ਼ਿਆਦਾ ਲੋਕ ਉਹਨਾਂ ਦੇ ਚੈਨਲਾਂ ਨੂੰ ਵੇਖਦੇ ਆ, ਥੋੜ੍ਹਾ ਸਾਈਡ 'ਤੇ ਲਾਈ ਉਹ ਛਾਵੇਂ ਲਾ ਲਾ, ਜਿਨ੍ਹਾਂ ਦੇ ਚੈਨਲਾਂ ਨੂੰ ਲੱਖਾਂ ਲੋਕ ਵੇਖਦੇ ਆ, ਉਹ ਚੈਨਲਾਂ ਵਾਲਿਆਂ ਨੇ ਚੱਕ ਚੱਕ ਕੇ ਵਿਊ ਲੈਣ ਦੇ ਮਾਰਿਆ ਨੇ ਅਤੇ ਉਹ ਚੱਕ ਚੱਕ ਕੇ ਵੀਡੀਓ ਪਾਤੀਆਂ। ਇਹ ਬਹੁਤ ਮੰਦਭਾਗੀ ਗੱਲ ਹੈ ਵੱਡੇ ਵੱਡੇ ਚੈਨਲ ਵਾਲਿਓ, ਤੁਹਾਡੇ ਵਾਸਤੇ, ਤੁਹਾਨੂੰ ਵਾਸਤੇ, ਤੁਹਾਨੂੰ ਹੋਰ ਬਹੁਤ ਮਸਾਲਾ ਹੈ, ਪਰ ਬੇਨਤੀ ਹੈ ਤੁਹਾਨੂੰ ਵੀ ਇਹੋ ਜਿਹਾ ਕੁਝ ਹੋਵੇ ਤਾਂ ਸੋਚ ਵਿਚਾਰ ਕੇ ਇਹੋ ਜਿਹੀ ਵੀਡੀਓ ਪਾਓ। ਦੇਖੋ ਜੀ ਹੋ ਗਿਆ, ਇੱਕ ਨੇ ਲਿਖਿਆ ਸੀ ਉੱਤੇ, ਦੇਖਿਓ ਜੀ ਹੋ ਗਿਆ ਇੱਕ ਕਨੇਡਾ 'ਚ ਕੁੜੀ ਨਾਲ ਧੱਕਾ। ਆਪਣੇ ਧੱਕਾ ਸ਼ਬਦ ਦਾ ਅਰਥ ਕੀ ਕਰਦੇ ਹੋ? ਧੱਕਾ ਕਿਹਨੂੰ ਕਿਹਾ ਜਾਂਦਾ? ਤੁਸੀਂ ਏਡੇ ਏਡੇ ਚੈਨਲਾਂ ਦੇ ਉੱਤੇ ਬੈਠ ਗਏ, ਤੁਹਾਡੇ ਏਡੇ ਏਡੇ ਵਿਊਅਰ ਹੈ, ਤੁਹਾਨੂੰ ਇੰਨਾ ਇੰਨੇ ਲੋਕ ਹੀ ਵੇਖਦੇ ਆ, ਸ਼ਬਦ ਲਿਖਣ ਦੀ ਤਾਂ ਥੋੜ੍ਹੀ ਜਿਹੀ ਨੌਲੇਜ ਰੱਖੋ। ਕੀ ਤੁਸੀਂ ਧੱਕਾ ਧੱਕਾ ਸ਼ਬਦ ਲਾਈ ਆ? ਜੇ ਕਦੇ ਨਹੀਂ ਵੀ ਮਿਲਿਆ, ਹਾਲਾਂਕਿ ਮਿਲਿਆ ਹੈ ਪਰ ਥੋੜ੍ਹੇ 'ਚੋਂ ਥੋੜ੍ਹਾ, ਬਹੁਤੇ 'ਚੋਂ ਬਹੁਤਾ, ਜੇ ਨਹੀਂ ਵੀ ਕਦੇ ਮਿਲਿਆ ਤਾਂ ਫਿਰ ਇਹਦੇ 'ਚ ਕਿਹੜਾ ਲੋੜਾ ਆ ਗਿਆ? ਤੁਸੀਂ ਚੱਕ ਚੱਕ ਕੇ ਲਾਈਵ ਕਰਦੇ ਆ ਵੀਡੀਓ। ਬੇਨਤੀ ਹੈ ਵੀ ਇਹੋ ਜਿਹੇ ਕੰਮ ਕਰਨ ਤੋਂ ਜ਼ਰੂਰ ਤੁਸੀਂ ਚੈਨਲਾਂ ਵਾਲੇ ਵੀ ਗੁਰੇਜ਼ ਕਰਿਆ ਕਰੋ, ਜੇ ਇਹੋ ਜਿਹਾ ਕੁਝ ਆ ਜੇ ਤਾਂ ਇਹਨੂੰ ਬੜੀ ਸੋਚ ਸਮਝ ਕੇ ਅੱਗੇ ਵੀਡੀਓ ਪ੍ਰਚਾਰੋ, ਸੋਚ ਸਮਝ ਕੇ ਅੱਗੇ ਪਾਓ, ਤੁਹਾਨੂੰ ਬੇਨਤੀ ਹੈ। ਅਤੇ ਉਹ ਕਨੇਡਾ 'ਚ ਵਸਣ ਵਾਹਿਗੁਰੂ ਵਿਦੇਸ਼ਾਂ 'ਚ ਬਚਣ ਵਸਣ ਵਾਲੇ ਨੌਜਵਾਨਾਂ ਨੂੰ ਬੇਨਤੀ ਹੈ, ਨੌਜਵਾਨ ਵੀਰਾਂ ਭੈਣਾਂ ਨੂੰ ਬੇਨਤੀ ਹੈ, ਹਰ ਬੰਦੇ ਵਰਗ ਨੂੰ ਬੇਨਤੀ ਹੈ, ਭਾਵੇਂ ਦੇਸ਼ 'ਚ ਹੈ ਭਾਵੇਂ ਵਿਦੇਸ਼ 'ਚ ਹੈ, ਤੁਸੀਂ ਗੁਰੂ ਘਰ ਵਿੱਚੋਂ ਜੇ ਤੁਹਾਨੂੰ ਤਿਲ ਮਿਲਦਾ, ਤੁਸੀਂ ਤਿਲ ਨੂੰ ਵੀ ਛੋਲੇ ਕਹਿ ਕਹਿ ਕੇ ਪ੍ਰਚਾਰੋ ਵੀ ਹਾਂ ਸਾਨੂੰ ਬਹੁਤ ਮਿਲਿਆ, ਥੋੜ੍ਹਾ ਮਿਲਦਾ ਤਾਂ ਥੋੜ੍ਹੇ ਨੂੰ ਵੱਧ ਕਹਿ ਕੇ ਪ੍ਰਚਾਰੋ, ਤੁਹਾਨੂੰ ਬਹੁਤਾ ਮਿਲਦਾ ਤੁਸੀਂ ਥੋੜ੍ਹਾ ਕਹਿ ਕੇ ਵੀ ਨਹੀਂ ਪ੍ਰਚਾਰਦੇ। ਬੇਨਤੀ ਹੈ, ਔਖੇ ਸਮੇਂ 'ਚ ਆਪਣੇ ਕੰਮ ਆਉਂਦੇ ਆ, ਸਾਡਾ ਆਪਣਾ, ਸਾਡੇ ਆਪਣੇ ਸਿੱਖ ਭਰਾ, ਖਾਲਸਾ ਏਡ ਵਾਲਿਆਂ 'ਤੇ ਰੇਡ ਪਈ, ਦੱਸੋ ਕਿਹਨੇ ਕਿਹਨੇ ਲਾਈਵ ਕੀਤਾ ਜਾਂ ਕਿਹਨੇ ਕਿਹਨੇ ਉਹ ਦਿਖਾਇਆ, ਬਹੁਤ ਨਿੰਦਣਯੋਗ ਹੈ, ਅੱਤ ਦਾ ਨਿੰਦਣਯੋਗ ਹੈ। ਅਤੇ ਆਪ ਨੂੰ ਬੇਨਤੀ ਹੈ ਵੀ ਇਹੋ ਜਿਹਾ ਕੰਮ ਕਰਨ ਤੋਂ ਪਹਿਲਾਂ ਜ਼ਰੂਰ ਥੋੜ੍ਹਾ ਜਿਹਾ ਗੁਰੇਜ਼ ਕਰ। ਥੰਬਨੇਲ ਲਾਉਣੇ ਉਹ ਨਾ ਲਿਖ ਲਿਖ ਕੇ ਹੋ ਗਿਆ ਜੀ ਪੰਜਾਬੀ ਕੁੜੀਆਂ ਦਾ ਕਾਫਲਾ ਨਾ ਹੈ ਥੱਲੇ। ਉਹ ਜੀ ਮਾਨਸਿਕਤਾ ਵਾਲੇ ਲੋਕੀ ਕਈ ਬੰਦੇ ਉਹੋ ਜਿਹੇ ਭੱਦੇ ਕਮੈਂਟ ਕਰਦੇ ਆ, ਗਾਲਾਂ ਕੱਢਦੇ ਆ, ਕੋਈ ਵੀਡੀਓ ਬਣਾ ਬਣਾ ਕੇ, ਕੋਈ ਕਿਸੇ 'ਤੇ ਐਡਿਟ ਕਰਕੇ ਫੋਟੋ ਪਾਈ ਜਾਂਦਾ। ਯਾਰ ਕਿਸੇ ਦੀ ਭੈਣ ਹੋਣੀ ਆ ਉਹ, ਚਲ ਠੀਕ ਹੈ ਜਿਹੜਾ ਕੁਛ ਹੋ ਗਿਆ ਹੋ ਗਿਆ, ਪਰ ਤੁਸੀਂ ਸਿੱਖ ਤਾਂ ਆਪਾਂ ਪੱਤਾਂ ਬਚਾਉਂਦੇ ਰਹੇ ਹਾਂ ਧੀਆਂ ਭੈਣਾਂ ਦੀਆਂ, ਅਸੀਂ ਤਾਂ ਇੱਜ਼ਤਾਂ ਦੇ ਰਾਖੇ ਕਹਾਉਂਦੇ ਹਾਂ, ਅਤੇ ਅਸੀਂ ਜਾ ਕੇ ਗਾਲਾਂ ਕੱਢਦੇ ਹਾਂ ਉੱਥੇ, ਅਸੀਂ ਜਾ ਕੇ ਉਹਨੂੰ ਮੰਦਾ ਬੋਲਦੇ ਹਾਂ, ਤੁਸੀਂ ਸ਼ਬਦੀ ਰੂਪ ਵਿੱਚ ਵਰਤੋ ਸ਼ਬਦ ਵੀ ਭੈਣੇ ਤੂੰ ਗਲਤ ਬੋਲਿਆ, ਭੈਣੇ ਤੂੰ ਆਹ ਕੀਤਾ। ਬੇਨਤੀ ਇਹੋ ਜਿਹਾ ਕੁਝ ਕਰਨ ਤੋਂ ਜ਼ਰੂਰ ਗੁਰੇਜ਼ ਕੀਤਾ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।